ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਮਲਕੀਤ ਸਿੰਘ ਤੇ ਮੈਂ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਕਰਨੀ ਚਾਹੁੰਦਾ ਕਿਉਂਕਿ ਮੇਰੀ ਫੇਸਬੁੱਕ ਤੇ ਮੇਰਾ ਇੰਸਟਾਗ੍ਰਾਮ ਦੋਨੇ ਜਿਹੜੇ ਅਕਾਊਂਟ ਸੀ ਉਹ ਕਿਸੇ ਨੇ ਹੈਕ ਕਰ ਲਿਆ ਔਰ ਜੇ ਮੇਰੀ ਇੰਸਟਾਗ੍ਰਾਮ ਜਾਂ ਮੇਰੀ ਫੇਸਬੁੱਕ ਤੋਂ ਕੋਈ ਤੁਹਾਨੂੰ ਮੈਸੇਜ ਜਾਂ ਪੋਸਟ ਆਉਂਦੀ ਹੈ ਤੇ ਪਲੀਜ਼ ਉਹਨੂੰ ਡੋਂਟ ਕਲਿੱਕ ਜਾਂ ਉਹਦੀ ਕੋਈ ਰਿਪਲਾਈ ਨਾ ਕਰੋ ਜਾਂ ਕੋਈ ਵੀ ਸ਼ੇਅਰ ਨਾ ਕਰੋ ਕਿਉਂਕਿ ਉਹ ਮੇਰੇ ਵੱਲੋਂ ਨਹੀਂ ਹੈ। ਸੋ ਇਹਦੀ ਜਿਹੜੀ ਰਿਪੋਰਟ ਅਸੀਂ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਵੀ ਦੇ ਦਿੱਤੀ ਗਈ ਹੈ ਔਰ ਬਹੁਤ ਜਲਦੀ ਇਹਨੂੰ ਸੋਰਟ ਆਊਟ ਕਰਕੇ ਫਿਰ ਮੈਂ ਲਾਈਵ ਫੇਸਬੁੱਕ ਤੇ ਆਊਂਗਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਸਾਡੇ ਜਿਹੜੇ ਅਕਾਊਂਟ ਦੁਆਰਾ ਚੱਲ ਪਏ ਨੇ। ਸੋ ਅੱਜ ਕੱਲ੍ਹ ਦੇ ਇੱਦਾਂ ਦੇ ਕ੍ਰਾਈਮ ਜਿਹੜੇ ਬਹੁਤ ਹੋਣ ਲੱਗ ਪਏ ਨੇ, ਤੁਸੀਂ ਵੀ ਬਚ ਕੇ ਰਹੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਮਲਕੀਤ ਸਿੰਘ ਤੇ ਮੈਂ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਕਰਨੀ ਚਾਹੁੰਦਾ ਕਿਉਂਕਿ ਮੇਰੀ ਫੇਸਬੁੱਕ ਤੇ ਮੇਰਾ ਇੰਸਟਾਗ੍ਰਾਮ ਦੋਨੇ ਜਿਹੜੇ ਅਕਾਊਂਟ ਸੀ ਉਹ ਕਿਸੇ ਨੇ ਹੈਕ ਕਰ ਲਿਆ ਔਰ ਜੇ ਮੇਰੀ ਇੰਸਟਾਗ੍ਰਾਮ ਜਾਂ ਮੇਰੀ ਫੇਸਬੁੱਕ ਤੋਂ ਕੋਈ ਤੁਹਾਨੂੰ ਮੈਸੇਜ ਜਾਂ ਪੋਸਟ ਆਉਂਦੀ ਹੈ ਤੇ ਪਲੀਜ਼ ਉਹਨੂੰ ਡੋਂਟ ਕਲਿੱਕ ਜਾਂ ਉਹਦੀ ਕੋਈ ਰਿਪਲਾਈ ਨਾ ਕਰੋ ਜਾਂ ਕੋਈ ਵੀ ਸ਼ੇਅਰ ਨਾ ਕਰੋ ਕਿਉਂਕਿ ਉਹ ਮੇਰੇ ਵੱਲੋਂ ਨਹੀਂ ਹੈ। ਸੋ ਇਹਦੀ ਜਿਹੜੀ ਰਿਪੋਰਟ ਅਸੀਂ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਵੀ ਦੇ ਦਿੱਤੀ ਗਈ ਹੈ ਔਰ ਬਹੁਤ ਜਲਦੀ ਇਹਨੂੰ ਸੋਰਟ ਆਊਟ ਕਰਕੇ ਫਿਰ ਮੈਂ ਲਾਈਵ ਫੇਸਬੁੱਕ ਤੇ ਆਊਂਗਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਸਾਡੇ ਜਿਹੜੇ ਅਕਾਊਂਟ ਦੁਆਰਾ ਚੱਲ ਪਏ ਨੇ। ਸੋ ਅੱਜ ਕੱਲ੍ਹ ਦੇ ਇੱਦਾਂ ਦੇ ਕ੍ਰਾਈਮ ਜਿਹੜੇ ਬਹੁਤ ਹੋਣ ਲੱਗ ਪਏ ਨੇ, ਤੁਸੀਂ ਵੀ ਬਚ ਕੇ ਰਹੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਮਲਕੀਤ ਸਿੰਘ ਤੇ ਮੈਂ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਕਰਨੀ ਚਾਹੁੰਦਾ ਕਿਉਂਕਿ ਮੇਰੀ ਫੇਸਬੁੱਕ ਤੇ ਮੇਰਾ ਇੰਸਟਾਗ੍ਰਾਮ ਦੋਨੇ ਜਿਹੜੇ ਅਕਾਊਂਟ ਸੀ ਉਹ ਕਿਸੇ ਨੇ ਹੈਕ ਕਰ ਲਿਆ ਔਰ ਜੇ ਮੇਰੀ ਇੰਸਟਾਗ੍ਰਾਮ ਜਾਂ ਮੇਰੀ ਫੇਸਬੁੱਕ ਤੋਂ ਕੋਈ ਤੁਹਾਨੂੰ ਮੈਸੇਜ ਜਾਂ ਪੋਸਟ ਆਉਂਦੀ ਹੈ ਤੇ ਪਲੀਜ਼ ਉਹਨੂੰ ਡੋਂਟ ਕਲਿੱਕ ਜਾਂ ਉਹਦੀ ਕੋਈ ਰਿਪਲਾਈ ਨਾ ਕਰੋ ਜਾਂ ਕੋਈ ਵੀ ਸ਼ੇਅਰ ਨਾ ਕਰੋ ਕਿਉਂਕਿ ਉਹ ਮੇਰੇ ਵੱਲੋਂ ਨਹੀਂ ਹੈ। ਸੋ ਇਹਦੀ ਜਿਹੜੀ ਰਿਪੋਰਟ ਅਸੀਂ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਵੀ ਦੇ ਦਿੱਤੀ ਗਈ ਹੈ ਔਰ ਬਹੁਤ ਜਲਦੀ ਇਹਨੂੰ ਸੋਰਟ ਆਊਟ ਕਰਕੇ ਫਿਰ ਮੈਂ ਲਾਈਵ ਫੇਸਬੁੱਕ ਤੇ ਆਊਂਗਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਸਾਡੇ ਜਿਹੜੇ ਅਕਾਊਂਟ ਦੁਆਰਾ ਚੱਲ ਪਏ ਨੇ। ਸੋ ਅੱਜ ਕੱਲ੍ਹ ਦੇ ਇੱਦਾਂ ਦੇ ਕ੍ਰਾਈਮ ਜਿਹੜੇ ਬਹੁਤ ਹੋਣ ਲੱਗ ਪਏ ਨੇ, ਤੁਸੀਂ ਵੀ ਬਚ ਕੇ ਰਹੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਮਲਕੀਤ ਸਿੰਘ ਤੇ ਮੈਂ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਕਰਨੀ ਚਾਹੁੰਦਾ ਕਿਉਂਕਿ ਮੇਰੀ ਫੇਸਬੁੱਕ ਤੇ ਮੇਰਾ ਇੰਸਟਾਗ੍ਰਾਮ ਦੋਨੇ ਜਿਹੜੇ ਅਕਾਊਂਟ ਸੀ ਉਹ ਕਿਸੇ ਨੇ ਹੈਕ ਕਰ ਲਿਆ ਔਰ ਜੇ ਮੇਰੀ ਇੰਸਟਾਗ੍ਰਾਮ ਜਾਂ ਮੇਰੀ ਫੇਸਬੁੱਕ ਤੋਂ ਕੋਈ ਤੁਹਾਨੂੰ ਮੈਸੇਜ ਜਾਂ ਪੋਸਟ ਆਉਂਦੀ ਹੈ ਤੇ ਪਲੀਜ਼ ਉਹਨੂੰ ਡੋਂਟ ਕਲਿੱਕ ਜਾਂ ਉਹਦੀ ਕੋਈ ਰਿਪਲਾਈ ਨਾ ਕਰੋ ਜਾਂ ਕੋਈ ਵੀ ਸ਼ੇਅਰ ਨਾ ਕਰੋ ਕਿਉਂਕਿ ਉਹ ਮੇਰੇ ਵੱਲੋਂ ਨਹੀਂ ਹੈ। ਸੋ ਇਹਦੀ ਜਿਹੜੀ ਰਿਪੋਰਟ ਅਸੀਂ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਵੀ ਦੇ ਦਿੱਤੀ ਗਈ ਹੈ ਔਰ ਬਹੁਤ ਜਲਦੀ ਇਹਨੂੰ ਸੋਰਟ ਆਊਟ ਕਰਕੇ ਫਿਰ ਮੈਂ ਲਾਈਵ ਫੇਸਬੁੱਕ ਤੇ ਆਊਂਗਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਸਾਡੇ ਜਿਹੜੇ ਅਕਾਊਂਟ ਦੁਆਰਾ ਚੱਲ ਪਏ ਨੇ। ਸੋ ਅੱਜ ਕੱਲ੍ਹ ਦੇ ਇੱਦਾਂ ਦੇ ਕ੍ਰਾਈਮ ਜਿਹੜੇ ਬਹੁਤ ਹੋਣ ਲੱਗ ਪਏ ਨੇ, ਤੁਸੀਂ ਵੀ ਬਚ ਕੇ ਰਹੋ। ਸਤਿ ਸ਼੍ਰੀ ਅਕਾਲ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆਂ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।